ਸ਼ਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਜੌਬ ਗਰੂਪ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਕਾਂਸਟੇਬਲ ਦਾ ਜਿਹੜਾ ਫਿਜ਼ੀਕਲ ਹੈ ਜੀ ਲਾਸਟ ਡੇਟ ਹੈ ਅੱਜ ਆਪਣੀ 17 ਤਰੀਕ ਕਈ ਬੱਚਿਆਂ ਨੂੰ ਇੱਕ ਮੇਲ ਆ ਰਹੀ ਹੈ ਜੀ ਕਈ ਬੱਚਿਆਂ ਦੇ ਜਿਹੜੇ ਡਾਕੂਮੈਂਟ ਨੇ ਉਹ ਪੈਂਡਿੰਗ ਰਹਿ ਗਏ ਨੇ ਜੀ ਇਹ ਡਾਕੂਮੈਂਟ ਵੈਰੀਫਿਕੇਸ਼ਨ ਲਈ ਇੱਕ ਮੇਲ ਆ ਰਹੀ ਹੈ ਤੁਹਾਨੂੰ ਦੱਸ ਦਿੰਦਾ ਕਿੰਨਾ ਕਿੰਨਾ ਨੇ ਜਾਣਾ ਕਿੰਨਾ ਨੇ ਨਹੀਂ ਜੀ ਹਾਂ ਤੁਸੀਂ ਦੇਖ ਸਕਦੇ ਹੋ ਜੀ ਮੇਲ ਕੀ ਆ ਰਹੀ ਹੈ ਕਹਿੰਦੇ ਡੀਅਰ ਕੈਂਡੀਡੇਟ ਥਿਸ ਇਨਫੋਰਮਡ ਟੂ 댓 ਮਤਲਬ ਕਾਦੇ ਵਾਸ ਡਾਕੂਮੈਂਟ ਵੈਰੀਫਿਕੇਸ਼ਨ ਪ੍ਰੋਸੈਸ ਸੀ ਜੀ ਉਹਦੇ ਵਿੱਚ ਕਈ ਬੱਚਿਆਂ ਦੇ ਜਿਹੜੇ ਡਾਕੂਮੈਂਟ ਪੈਂਡਿੰਗ ਰਹਿ ਗਏ ਸੀ ਜੀ ਇਹ ਸਿਰਫ ਮੇਲ ਉਹਨਾਂ ਬੱਚਿਆਂ ਨੂੰ ਆ ਰਹੀ ਹੈ ਜਿਨ੍ਹਾਂ ਦੇ ਡਾਕੂਮੈਂਟ ਪੈਂਡਿੰਗ ਰਹਿ ਗਏ ਨੇ ਵੀ ਉਹਨਾਂ ਨੇ ਜਿਹੜੀ ਡੇਟ ਵੀ ਦਿੱਤੀ ਹੈ ਵੀ 17 ਦਸੰਬਰ ਨੂੰ ਜਾਣਾ ਤੇ 9 ਵਜੇ ਪਹੁੰਚਣਾ ਹੈ ਠੀਕ ਹੈ ਮਤਲਬ ਤੁਸੀਂ ਟਾਈਮ ਦਾ ਕੋਈ ਚੱਕਰ ਨਹੀਂ ਹੁਣ ਤੁਸੀਂ ਜਾ ਵੀ ਸਕਦੇ ਹੋ ਵੀ ਜਲਦੀ ਤੋਂ ਜਲਦੀ ਪਹੁੰਚੋ ਜਿਨ੍ਹਾਂ ਜਿਨ੍ਹਾਂ ਨੂੰ ਇਹ ਮੇਲ ਆਈ ਹੈ ਜ਼ਰੂਰੀ ਨਹੀਂ ਹੈ ਜਿਨ੍ਹਾਂ ਨੂੰ ਮੇਲ ਨਹੀਂ ਆਈ ਉਹ ਨਹੀਂ ਜਾ ਜਾਣ ਠੀਕ ਹੈ ਜੀ ਉਹਨਾਂ ਨੂੰ ਕੋਈ ਚੱਕਰ ਨਹੀਂ ਜਾਣਾ ਨਹੀਂ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਮੇਲ ਆਈ ਹੈ ਉਹ ਜ਼ਰੂਰ ਪਹੁੰਚੇ ਉੱਥੇ ਕੋ ਅ ਠੀਕ ਹੈ ਜੀ ਜ਼ਰੂਰ ਉੱਥੇ ਜਾ ਕੇ ਪਹੁੰਚੋਣਾ ਤੇ ਬਾਕੀ ਜਿਹੜੇ-ਜਿਹੜੇ ਬੱਚਿਆਂ ਨੂੰ ਮੇਲ ਨਹੀਂ ਆਈ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਜਿਹੜੇ-ਜਿਹੜੇ ਬੱਚੇ ਠੀਕ ਹੈ ਪਹਿਲਾਂ ਨਹੀਂ ਗਏ ਉਹ ਜ਼ਰੂਰ ਪਹੁੰਚੋ ਉੱਥੇ ਕਈ ਬੱਚਿਆਂ ਨੇ ਕੋਈ ਕਾਰਨ ਕਰਕੇ ਨਹੀਂ ਜਾ ਪਾਏ ਆਪਦੇ ਟਾਈਮ ਤੋਂ ਪਹਿਲਾਂ 11 ਤਰੀਕ ਕਿਸੇ ਦੀ 12 ਤਰੀਕ ਠੀਕ ਹੈ ਜੀ ਫਿਜ਼ੀਕਲ ਸੀ ਉਹ ਹੁਣ ਜਾ ਕੇ ਦੇ ਸਕਦਾ ਬਾਕੀ ਹੋਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਹੈ ਤਾਂ ਸਾਨੂੰ ਕਮੈਂਟ ਕਰ ਦਿਓ ਅਸੀਂ ਰਿਪਲਾਈ ਜ਼ਰੂਰ ਕਰਾਂਗੇ ਤੇ ਜਲਦੀ ਤੋਂ ਜਲਦੀ ਉੱਥੇ ਪਹੁੰਚੋ ਤੇ ਜਿਹੜੇ ਵਿੱਚ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸ